कोई गाना भी बिल्ली अखा ते बंद है सब तो पहले मेरे को आंदा है कि ओके अच्छा हिमांशी ध्यान चाहती है ਇੱਦੇ ਜੀ ਹੁੰਦੇ ਸੀਗੇ ਜਦੋਂ ਹਿਮਾਂਸ਼ ਨੂੰ ਦੇਖਦੇ ਹੁੰਦੇ ਸੀਗੇ ਅੱਜ ਮਤਲਬ ਕਿ ਇੰਨੇ ਕੁ ਹੋ ਚੁੱਕੇ ਹੈ ਨਾ ਵੱਡੇ ਵੱਡੇ ਹੋ ਚੁੱਕੇ ਆ 9th ਕਲਾਸ 'ਚ ਸੀ ਜਦੋਂ ਤੋਂ ਮੈਂ ਕੰਮ ਸਟਾਰਟ ਕੀਤਾ ਸੀ ਸੋ ਲੋਕਾਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਓਕੇ ਕਿ ਪਤਾ ਨਹੀਂ ਹਿਮਾਂਸ਼ੀ ਕਿੰਨੀ ਏਜ ਮਤਲਬ ਇਹ ਹੈ ਕਿ ਉਸ ਟਾਈਮ ਵੀ ਉਵੇਂ ਸੀਗੇ ਤੇ ਅੱਜ ਵੀ ਉਵੇਂ ਹੀ ਹੋ ਲਾਈਕ ਥੈਂਕ ਯੂ ਪਹਿਲੇ ਕੰਪਨੀਜ਼ ਇਨਵੋਲਵ ਹੁੰਦੀਆਂ ਸੀ ਉਹਨਾਂ ਹਰ ਆਰਟਿਸਟ ਇੰਡੀਵਿਜੂਅਲੀ ਚੱਲਦਾ ਆ ਮੈਂ ਨਛੱਤਰ ਗਿੱਲ ਜੀ ਨਾਲ ਵੀ ਕੰਮ ਕੀਤਾ ਮੈਂ ਗੁਰਕਿਰਪਾਲ ਸੁਰਾਪੁਰੀ ਨਾਲ ਵੀ ਕੰਮ ਕੀਤਾ ਕਲੇਰ ਕੰਠ ਦੇ ਗਾਣੇ ਵੀ ਕੀਤੇ ਮਤਲਬ ਮੈਂ ਏਜ 'ਚ ਛੋਟੀ ਸੀ ਲੇਕਿਨ ਲੇਟਰ ਔਨ ਹੁਣ ਫਿਰ ਉਹੀ ਟਾਈਮ ਆ ਗਿਆ ਹੁਣ ਲੋਕ ਵੀਡੀਓਜ਼ ਫਿਰ ਤੋਂ ਇੰਨੀਆਂ ਮਹਿੰਗੀਆਂ ਨਹੀਂ ਬਣਾਉਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਸਾਹਿਲ ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ ਵੀ ਅੱਜ ਜਿਹੜੀ ਚਿਹਰੇ 'ਤੇ ਮੁਸਕਾਨ ਹੈ ਨਾ ਇਹਦਾ ਇੱਕ ਬੜਾ ਹੀ ਸੋਹਣਾ ਰਾਜ਼ ਹੈ ਕਿ ਬੜੀ ਸੋਹਣੀ ਕੁੜੀ ਮੇਰੇ ਨਾਲ ਮੌਜੂਦ ਹੈ ਕਹਿੰਦੇ ਨੇ ਪੰਜਾਬੀ ਵੈਸੇ ਇਹਨਾਂ ਨੂੰ ਬਿੱਲੀਆਂ ਅੱਖਾਂ ਵਾਲੀ ਕੁੜੀ ਕਹਿੰਦੇ ਆ ਹਿਮਾਂਸ਼ੀ ਖੁਰਾਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਬਿਲਕੁਲ ਠੀਕ ਫਿਲਹਾਲ ਇਸ ਇੰਟਰਵਿਊ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਅਸੀਂ ਇੰਟਰਵਿਊ ਖੜੇ ਹੋ ਕੇ ਕਰਾਂਗੇ ਕੁਝ ਵਧੀਆ ਤਰੀਕੇ ਨਾਲ ਕਰਾਂਗੇ ਤਾਂ ਅਸੀਂ ਪਲੀਜ਼ ਚੱਲੀਏ ਇੱਕ ਰਾਊਂਡ ਲਗਾ ਲਈਏ ਹੋਰ ਫਿਰ ਹਿਮਾਂਸ਼ੀ ਕਿਵੇਂ ਗੁਜ਼ਰ ਰਹੇ ਨੇ ਦਿਨ ਅੱਜ ਕੱਲ੍ਹ ਬਹੁਤ ਵਧੀਆ ਜਾ ਰਿਹਾ ਪੀਸਫੁਲ ਬਹੁਤ ਜ਼ਿਆਦਾ ਠੀਕ ਹੈ ਕੇਦਾਰਨਾਥ ਦਾ ਟੂਰ ਕੀ ਮੇਰਿਆ ਬਹੁਤ ਵਧੀਆ ਸੀ ਔਰ ਕਾਫੀ ਲੋਕਾਂ ਨੂੰ ਇਹ ਲੱਗਦਾ ਕਿ ਮੈਂ ਹੈਲੀਕਾਪਟਰ 'ਤੇ ਗਈ ਹਾਂ ਬਟ ਮੈਨੂੰ ਪਤਾ ਉਸ ਤੋਂ ਬਾਅਦ ਆ ਕੇ ਹਫ਼ਤਾ ਮੈਨੂੰ ਬੁਖਾਰ ਔਰ ਕੋਲਡ ਕਫ ਬਟ ਤੁਰ ਕੇ ਗਈ ਔਰ ਬਹੁਤ ਟਫ ਹੈ ਐਂਡ ਇੱਕ ਨਾ ਇਹ ਵੀ ਚੀਜ਼ ਦੇਖੀ ਜਾਂਦੀ ਕਿ ਨਾ ਸ਼ੁਰੂ ਤੋਂ ਨਾ ਇੱਕ ਕੰਪਲੀਮੈਂਟ ਤੁਹਾਨੂੰ ਨਾ ਅਕਸਰ ਮਿਲਿਆ ਹੁੰਦਾ ਹੈ ਨਾ ਮਿਲਿਆ ਹੋਣਾ ਵੀ ਹੈ ਜਿਵੇਂ ਮੈਂ ਸਟਾਰਟਿੰਗ ਕਿ ਬਿੱਲੀਆਂ ਅੱਖਾਂ ਵਾਲੀ ਕੁੜੀ ਹਿਮਾਂਸ਼ੀ ਇਹ ਸਭ ਤੋਂ ਵੱਡਾ ਕੰਪਲੀਮੈਂਟ ਸਭ ਤੋਂ ਐਸੀ ਕਿਹੜੀ ਚੀਜ਼ ਲਾਈਫ 'ਚ ਹੋਈ ਸੀ ਕਿ ਜਦੋਂ ਤੁਹਾਡੀ ਅੱਖਾਂ ਨੂੰ ਦੇਖ ਕੇ ਸਪੈਸ਼ਲੀ ਕਿਹਾ ਸੀ ਕਿ ਯਾਰ ਹਾਏ ਕਿੰਨੀਆਂ ਸੋਹਣੀਆਂ ਅੱਖਾਂ ਹੈ ਯਾਰ ਲਾਈਕ ਬਿਊਟੀਫੁਲ ਤੁਸੀਂ ਹੋਈ ਆਈਜ਼ ਨੂੰ ਲੈ ਕੇ ਤਾਂ ਬਹੁਤ ਸਾਰੇ ਮਤਲਬ ਕੋਈ ਗਾਣਾ ਵੀ ਬਿੱਲੀਆਂ ਅੱਖਾਂ 'ਤੇ ਬੰਦ ਆ ਉਹ ਸਭ ਤੋਂ ਪਹਿਲੇ ਮੇਰੇ ਕੋਲ ਆਉਂਦਾ ਕਿ ਓਕੇ ਅੱਛਾ ਹਿਮਾਂਸ਼ੀ ਧਿਆਨ ਚਾਹੁੰਦੀ ਹੈ ਤਾਂ ਉਹਦੇ ਕਹਿ ਲਓ ਕਿ ਹਰ ਪੁਆਇੰਟ ਦੇ ਉੱਤੇ ਅੱਖਾਂ ਦੇ ਕੰਪਲੀਮੈਂਟ ਮਿਲਦਾ ਹਾਂ ਬਟ ਇਹ ਜ਼ਰੂਰ ਹੈ ਬਹੁਤ ਲੋਕ ਪੁੱਛਦੇ ਆ ਕਿ ਲੈਂਜ਼ ਲਗਾਏ ਆ ਮੈਂ ਕਿਹਾ ਰੱਬ ਨੇ ਪਾ ਕੇ ਭੇਜਿਆ ਮੈਂ ਲੈਂਜ਼ ਨਹੀਂ ਲਗਾਏ ਰੱਬ ਦੀ ਦੇਣ ਹੈ ਰੱਬ ਦੀ ਦੇਣ ਹੈ ਜਦੋਂ ਵੀ ਅਸੀਂ ਕਿਤੇ ਸਾਇਲੈਂਟ ਹੁੰਦੇ ਹਾਂ ਨਾ ਲਾਈਕ ਅਗਰ ਅਸੀਂ ਕਿਤੇ ਦੇਖਦੇ ਨਹੀਂ ਹੈਗੇ ਪ੍ਰੋਜੈਕਟਸ ਵਿੱਚ ਤਾਂ ਉਹਦਾ ਇੱਕ ਰੀਜ਼ਨ ਹੋ ਸਕਦਾ ਕੋਈ ਐਡੀ ਵੱਡੀ ਚੀਜ਼ ਆਉਣ ਵਾਲੀ ਹੈ ਜਾਂ ਕੁਛ ਇੱਦਾਂ ਦੀ ਚੀਜ਼ਾਂ ਆਉਣ ਵਾਲੀਆਂ ਨੇ ਜਿਹੜੀ ਕਿ ਮਤਲਬ ਉਹ ਜਿਹੜਾ ਤੁਹਾਡਾ ਸਾਇਲੈਂਟਨੈਸ ਉਹ ਸਾਰੀ ਚੀਜ਼ ਕਵਰ ਕਰ ਦੋਗੇ ਤਾਂ ਮਤਲਬ ਇਹ ਜਿਹੜਾ ਤੁਸੀਂ ਚੁੱਪ ਚਾਪ ਹੈਗੇ ਹੋ ਅੱਜ ਕੱਲ੍ਹ ਕੋਈ ਪ੍ਰੋਜੈਕਟਸ ਤੁਹਾਡਾ ਯੂ ਨੋ ਕੋਈ ਵੱਡੇ ਧਮਾਕੇ ਦੀ ਵੇਟ ਹੈ ਕਿਸ ਚੀਜ਼ ਦੀ ਵੇਟ ਹੈ ਇਹ ਕੁਛ ਵੀ ਸਮਝ ਸਕਦੇ ਹੋ ਮਤਲਬ ਕੁਛ ਲੋਕ ਮਤਲਬ ਕੋਈ ਚੀਜ਼ ਕਰਨੀ ਹੁੰਦੀ ਹੈ ਤਾਂ ਉਹਦੇ ਲਈ ਟਾਈਮ ਤਾਂ ਚਾਹੀਦਾ ਹੁੰਦਾ ਬਟ ਫਸਟ ਮੇਰਾ ਇਹ ਮੋਟਿਵ ਸੀਗਾ ਕਿ ਪਹਿਲੇ ਮੈਂ ਆਪਣਾ ਮੈਂਟਲ ਪੀਸ ਬਾਡੀ ਹਰ ਚੀਜ਼ ਤੁਸੀਂ ਆਪਣਾ ਟਾਈਮ ਲਓ ਬਿਕੋਜ਼ ਬਿਗ ਬੋਸ ਤੋਂ ਬਾਅਦ ਕੰਟੀਨਿਊਸਲੀ ਕੰਮ ਕਰਨਾ ਹਰ ਚੀਜ਼ ਟਰੈਵਲ ਇੱਧਰ ਉੱਧਰ ਤਾਂ ਵਿੱਚ ਕਈ ਵਾਰੀ ਹੁੰਦਾ ਕਿ ਤੁਸੀਂ ਆਪਣੀ ਹੈਲਥ ਨੂੰ ਇਗਨੋਰ ਕਰਦੇ ਹੋ ਔਰ ਫਿਰ ਆਪਣੇ ਜਿਵੇਂ ਮੇਰੀ ਫੈਮਲੀ ਦੇ ਵਿੱਚ ਕੁਛ ਚੇਂਜਿਸ ਆਉਣੇ ਸੀ ਲਾਈਕ ਮੇਰਾ ਬ੍ਰਦਰ ਸਟੱਡੀ ਕਰਨ ਬਾਹਰ ਗਿਆ ਹੋਣੀ ਤਾਂ ਥੋੜ੍ਹਾ ਜਿਹਾ ਉਹ ਵੀ ਮੈਨੂੰ ਬਿਕੋਜ਼ ਮੈਂ ਉਹਦੇ ਨਾਲ ਲੋਕ ਮੈਨੂੰ ਉਹਦੇ ਨਾਲ ਰੀਲਸ 'ਚ ਬੜਾ ਦੇਖਦੇ ਸੀਗੇ ਤਾਂ ਉਹ ਚੀਜ਼ਾਂ ਫਿਨਿਸ਼ ਕਰਨ ਤੋਂ ਬਾਅਦ ਚੀਜ਼ਾਂ ਔਰ ਫਿਲਮ ਤੁਹਾਨੂੰ ਪਤਾ ਪੰਜਾਬੀ ਫਿਲਮ ਇੱਦਾਂ ਕਿ ਹੁਣ ਜਿਹੜਾ ਗਾਣਾ ਆਉਣ ਵਾਲਾ ਉਹ ਲਾਸਟ ਈਅਰ ਸ਼ੂਟ ਹੋਇਆ ਸੀਗਾ ਲੋਕ ਪੁੱਛਦੇ ਕਦੋਂ ਆਊਗਾ ਤਾਂ ਪ੍ਰੋਡਿਊਸਰਸ ਦੇ ਉੱਤੇ ਆ ਹੁਣ ਫਿਲਮ ਸ਼ੂਟ ਹੋਈ ਹੋਈ ਆ ਹਾਫ ਪਾਰਟ ਡਿਸੰਬਰ 'ਚ ਹੋਇਆ ਸੀ ਬਾਕੀ ਹਾਫ ਫੈਬ ਔਰ ਮਾਰਚ 'ਚ ਹੋਇਆ ਸੀ ਸੌਂਗਸ ਹਲੇ ਵੀ ਰਹਿੰਦੇ ਤਾਂ ਮਤਲਬ ਅਗਰ ਸਾਲ ਸਾਲ ਪ੍ਰੋਜੈਕਟ ਖਿੱਚ ਰਿਹਾ ਆ ਤਾਂ ਮੈਨੂੰ ਲੱਗਦਾ ਕਿ ਉਹ ਮੈਨੂੰ ਵੀ ਨਹੀਂ ਪਤਾ ਕਦੋਂ ਆਊਗਾ ਬਟ ਯੈਸ ਜਦ ਤੱਕ ਉਹ ਨਹੀਂ ਆਏਗਾ ਫਿਰ ਮੈਂ ਅਗਲੇ ਲਈ ਨਹੀਂ ਸੋਚ ਪਾਊਂਗੀ ਮੇਰੀ ਪੂਰੀ ਫੈਮਲੀ ਹੁਣ ਪੂਰੀ ਦੁਨੀਆ ਦੇ ਅਲੱਗ ਅਲੱਗ ਕੋਰਨਰ 'ਚ ਰਹਿੰਦੀ ਹੈ ਅਸੀਂ ਹੁਣ ਸਭ ਇਕੱਲੇ ਇਕੱਲੇ ਹੋ ਗਏ ਹਾਂ ਸੋ ਤੁਹਾਨੂੰ ਉਸ ਚੀਜ਼ ਤੋਂ ਵੀ ਉਹ ਨਿਕਲਣ 'ਚ ਟਾਈਮ ਲੱਗਦਾ ਆ ਥੋੜ੍ਹਾ ਜਿਹਾ ਸੋ ਇਟਸ ਮੈਂ ਬਹੁਤ ਸਾਰੇ ਆਪਣੇ ਫਰੈਂਡਸ ਨੂੰ ਕਹਿੰਦੀ ਹਾਂ ਤੁਹਾਡੀ ਤੁਸੀਂ ਸ਼ਾਮ ਨੂੰ ਘਰ ਜਾਂਦੇ ਤੁਹਾਡੇ ਘਰ ਫੈਮਲੀ ਹੁੰਦੀ ਹੈ ਤਾਂ ਤੁਹਾਡੇ ਲਈ ਇੱਕ ਬਲੈਸਿੰਗਸ ਹੈ ਕਿ ਤੁਹਾਡੇ ਤੁਸੀਂ ਐਟਲੀਸਟ ਬੈਕ ਇਨ ਲੜ ਲਓ ਜੋ ਮਰਜ਼ੀ ਕਰ ਲਓ ਠੀਕ ਹੈ ਕਰ ਲਓ ਹਾਂ ਹਾਂ ਠੀਕ ਹੈ ਉਹ ਵੀ ਓਕੇ ਹੈ ਨੋਕ ਚੋਕ ਵੀ ਬਟ ਅਸੀਂ ਹੁਣ ਇੰਨੀ ਦੂਰ ਦੂਰ ਹੈ ਕਿ ਸਾਨੂੰ ਪੂਰੇ 7 ਸਮੁੰਦਰ ਪਾਰ ਫਲਾਈਟਾਂ ਲੈ ਕੇ ਜਾਣਾ ਪੈਂਦਾ ਐਂਡ ਹਿਮਾਂਸ਼ੀ ਮੈਂ ਨਾ ਦੇਖਿਆ ਇੱਕ ਨਾ ਬਥੇਰੇ ਲੋਕ ਮੇਰੇ ਇਸ ਕੁਐਸਚਨ ਤੋਂ ਨਾ ਮਤਲਬ ਸਾਰੇ ਐਗਰੀ ਕਰਨਗੇ ਐਡੇ ਜੇ ਹੁੰਦੇ ਸੀਗੇ ਜਦੋਂ ਹਿਮਾਂਸ਼ੀ ਨੂੰ ਦੇਖਦੇ ਹੁੰਦੇ ਸੀਗੇ ਅੱਜ ਮਤਲਬ ਕਿ ਇੰਨੇ ਕੁ ਹੋ ਚੁੱਕੇ ਹੈ ਨਾ ਵੱਡੇ ਵੱਡੇ ਹੋ ਚੁੱਕੇ ਆ 9th ਕਲਾਸ 'ਚ ਸੀ ਜਦੋਂ ਤੋਂ ਮੈਂ ਕੰਮ ਸਟਾਰਟ ਕੀਤਾ ਸੀ ਸੋ ਲੋਕਾਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਓਕੇ ਕਿ ਪਤਾ ਨਹੀਂ ਹਿਮਾਂਸ਼ੀ ਕਿੰਨੀ ਏਜ ਮਤਲਬ ਇਹ ਹੈ ਕਿ ਉਸ ਟਾਈਮ ਵੀ ਉਵੇਂ ਸੀਗੇ ਤੇ ਅੱਜ ਵੀ ਉਵੇਂ ਹੀ ਹੋ ਲਾਈਕ ਥੈਂਕ ਯੂ ਮਤਲਬ ਕਿ ਜਿਹੜੀ ਨਾ ਇੱਕ ਡਾਈਟ ਨੂੰ ਲੈ ਕੇ ਲੈ ਚਾਹੇ ਫਿਜ਼ੀਕ ਨੂੰ ਲੈ ਕੇ ਲੈ ਤੁਸੀਂ ਹਮੇਸ਼ਾ ਬੜਾ ਹੀ ਯੂ ਨੋ ਉਹ ਰਹੇ ਹੋ ਐਕਟਿਵ ਰਹੇ ਹੋ ਹਨਾ ਸਾਰ ਪੰਜਾਬੀ ਜੀ
ਜੀਨਸ ਬੜੇ ਅੱਛੇ ਹੁੰਦੇ ਆ ਸਾਰੀਆਂ ਕੁੜੀਆਂ ਮੁੰਡੇ ਸੋਹਣੇ ਲੱਗਦੇ ਆ ਐਂਡ ਹਿਮਾਸ਼ੀ ਜਿਹੜਾ ਮੇਰਾ ਕੁਐਸਚਨ ਸੀਗਾ ਮੈਂ ਕਹਿ ਰਿਹਾ ਸੀਗਾ ਕਿ ਲਾਈਕ ਜਿਹੜੇ ਗਾਣੇ ਹੈ ਨਾ ਪਹਿਲਾਂ ਤੁਸੀਂ ਕਰਦੇ ਸੀਗੇ ਹੈ ਨਾ ਲਾਈਕ ਵੀ ਜਿਵੇਂ ਪੰਜਾਬੀ ਮਿਊਜ਼ਿਕ 'ਚ ਨਾ ਜਾਂ ਪੰਜਾਬੀ ਇੰਡਸਟਰੀ 'ਚ ਐਂਟਰ ਹੋਣਾ ਪਹਿਲਾਂ ਲਾਈਕ ਟਫ ਸੀਗਾ ਸਾਰਿਆਂ ਵਾਸਤੇ ਹੈ ਨਾ ਵੀ ਜਿਵੇਂ ਜਿਵੇਂ ਮਿਊਜ਼ਿਕ ਚੇਂਜ ਹੋਇਆ ਅਤੇ ਇਹਨਾਂ ਦੇ ਅੱਜ ਦੇ ਟਾਈਮ 'ਚ ਨਾ ਫੀਚਰ ਕਰਨਾ ਵੀ ਕਿਤੇ ਕਿਤੇ ਯੂਨੋ ਕਈ ਲੋਕ ਜ਼ਰੂਰੀ ਨਹੀਂ ਮੰਨਦੇ ਹੈਗੇ ਪ੍ਰੋਡਿਊਸਰ ਕਹਿੰਦੇ ਕਿ ਚੱਲ ਠੀਕ ਹੈ ਸਿੰਗਰ ਇਕੱਲਾ ਲਿਪਸਿੰਗ ਕਰ ਰਿਹਾ ਕੁਛ ਕਰ ਰਿਹਾ ਤੁਸੀਂ ਇਸ ਚੇਂਜ ਨੂੰ ਲੈ ਕੇ ਲਾਈਕ ਤੁਹਾਡੇ ਤੁਸੀਂ ਆਪ ਕਦੀ ਸੋਚਦੇ ਹੋ ਕਿ ਇਹ ਚੀਜ਼ਾਂ ਨੂੰ ਲਾਈਕ ਕੁਛ ਕਹਿਣਾ ਚਾਹੂੰਗੇ ਜਦੋਂ ਮੈਂ ਸੋਚ ਗਾਣਾ ਕੀਤਾ ਸੀ ਉਸ ਤੋਂ ਪਹਿਲੇ ਵੀ ਮੈਂ ਗਾਣੇ ਕਰ ਚੁੱਕੀ ਲੋਕਾਂ ਨੂੰ ਲੱਗਦਾ ਕਿ ਮੈਂ ਸੋਚ ਤੋਂ ਸਟਾਰਟ ਕੀਤਾ ਬਟ ਅਗਰ ਤੁਸੀਂ ਰੇਸ਼ੋ ਦੇਖੋ ਤਾਂ ਹਰ 10 ਸਾਲ ਬਾਅਦ ਕੋਈ ਵੀ ਇੰਡਸਟਰੀ ਹੁੰਦੀ ਹੈ ਉਹ ਇੱਕ ਵਾਰੀ ਟਰਨ ਲੈਂਦੀ ਹੈ ਤਾਂ ਜਦੋਂ ਮੈਂ 2013 'ਚ ਸਟਾਰਟ ਕੀਤਾ ਸੀ ਉਸ ਵਕਤ ਇਹ ਸਾਰੇ ਸਿੰਗਰਸ ਨਵੇਂ ਆਏ ਸੀ ਲਾਈਕ ਐਮੀ ਹਾਰਡੀ ਜੱਸੀ ਬਬਲ ਇਹਨਾਂ ਦਾ ਨਵਾਂ ਚਾਹ ਸੀ ਔਰ ਮਹਿੰਗੇ ਵੀਡੀਓਜ਼ ਬੜੇ ਵੀਡੀਓਜ਼ ਦਾ ਇੱਕ ਫੈਸ਼ਨ ਚੱਲ ਪਿਆ ਸੀ ਬਟ ਉਸ ਤੋਂ ਪਿੱਛੇ ਅਗਰ ਤੁਸੀਂ ਦੇਖੋ ਮੈਂ ਨਛੱਤਰ ਗਿੱਲ ਜੀ ਨਾਲ ਵੀ ਕੰਮ ਕੀਤਾ ਮੈਂ ਗੁਰਕਿਰਪਾਲ ਸੁਰਾਪੁਰੀ ਨਾਲ ਵੀ ਕੰਮ ਕੀਤਾ ਕਲੇਰ ਕੰਠ ਦੇ ਗਾਣੇ ਵੀ ਕੀਤੇ ਮਤਲਬ ਮੈਂ ਏਜ 'ਚ ਛੋਟੀ ਸੀ ਲੇਕਿਨ ਲੇਟਰ ਔਨ ਹੁਣ ਫਿਰ ਉਹੀ ਟਾਈਮ ਆ ਗਿਆ ਹੁਣ ਲੋਕ ਵੀਡੀਓਜ਼ ਫਿਰ ਤੋਂ ਇੰਨੀਆਂ ਮਹਿੰਗੀਆਂ ਨਹੀਂ ਬਣਾਉਂਦੇ ਹੁਣ ਗਾਣਿਆਂ 'ਤੇ ਔਰ ਦੂਸਰਾ ਸੋਸ਼ਲ ਮੀਡੀਆ ਕਰਕੇ ਗਾਣਾ ਜਿਹੜਾ ਆ ਲੋਕਾਂ ਤੱਕ ਪਹੁੰਚਾਉਣਾ ਈਜ਼ੀ ਵੀ ਹੋ ਗਿਆ ਪਹਿਲੇ ਕੰਪਨੀਜ਼ ਇਨਵੋਲਵ ਹੁੰਦੀਆਂ ਸੀ ਹੁਣ ਹਰ ਆਰਟਿਸਟ ਇੰਡੀਵਿਜੁਅਲੀ ਚੱਲਦਾ ਆ ਤਾਂ ਮੈਨੂੰ ਲੱਗਦਾ ਕਿ ਜਦੋਂ ਟਾਈਮ ਚੇਂਜ ਹੁੰਦਾ ਤਾਂ ਤੁਹਾਨੂੰ ਆਪਣੇ ਆਪ ਨੂੰ ਉਸ ਹਿਸਾਬ ਨਾਲ ਚੇਂਜ ਓਪਟ ਕਰਨ 'ਚ ਥੋੜ੍ਹਾ ਜਿਹਾ ਟਾਈਮ ਲੱਗਦਾ ਆਰਟਿਸਟ ਨੂੰ ਸਮਝਣ 'ਚ ਟਾਈਮ ਲੱਗਦਾ ਕਿ ਹੁਣ ਆਡੀਅੰਸ ਕੀ ਚਾਹੁੰਦੀ ਹੈ ਐਂਡ ਤੁਸੀਂ ਅੱਜ ਹਿੱਪੋਂ ਦੇ ਸ਼ੋਅਰੂਮ 'ਚ ਆਏ ਹੋ ਲਾਈਕ ਇੰਨਾ ਸੋਹਣਾ ਸੋਹਣਾ ਇੰਟੀਰੀਅਰ ਹੈ ਇਸ ਸ਼ੋਅਰੂਮ 'ਚ ਇਸ ਆਉਣ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਐਕਚੁਅਲੀ 4 ਦਿਨ ਪਹਿਲੇ ਮੇਰੇ ਨਾਲ ਐਕਚੁਅਲ 'ਚ ਹੋਇਆ 4 ਦਿਨ ਪਹਿਲੇ ਮੈਂ ਨੀਅਰ ਬਾਏ ਇੱਥੇ ਸ਼ੋਪਿੰਗ ਕਰਨ ਆਈ ਸੀ ਔਰ ਅਸੀਂ ਸੋਚਿਆ ਕਿ ਆਹ ਕੀ ਨਵਾਂ ਖੁੱਲ੍ਹਿਆ ਮਤਲਬ ਹਿੱਪੋਸ ਕਰਕੇ ਹੈ ਤਾਂ ਕਹਿੰਦੇ ਕਿ ਅੰਦਰ ਨਾ ਸਾਰਾ ਸਮਾਨ ਮਿਲਦਾ ਘਰ ਦਾ ਔਰ ਇੱਕ ਗੋ ਦੇ ਵਿੱਚ ਤੁਸੀਂ ਸਭ ਕੁਛ ਬਾਏ ਕਰ ਸਕਦੇ ਹੋ ਅਤੇ ਮੈਂ ਕਿਹਾ ਚਲੋ ਅੱਜ ਨਹੀਂ ਫਿਰ ਕਿਸੇ ਦਿਨ ਚੱਲਦੇ ਹਾਂ 4 ਦਿਨ ਬਾਅਦ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਇੱਥੇ ਆਊਂਗੀ ਤਾਂ ਅਸੀਂ ਹੁਣ ਵੀ ਗੱਲ ਕਰਦੇ ਆ ਰਹੇ ਸੀ ਕਿ ਕਾਸ਼ ਕੁਛ ਹੋਰ ਮੰਗ ਲੈਂਦੇ ਉਹ ਵੀ ਪੂਰਾ ਹੋ ਜਾਂਦਾ ਸਿਰ ਪਤਾ ਨਹੀਂ ਸੀ ਨੈਵਰ ਨੋ ਥੈਂਕ ਯੂ ਸੋ ਮਚ ਥੈਂਕ ਯੂ